ਸਤਿ ਸ਼੍ਰੀ ਅਕਾਲ ਦੋਸਤੋ। ਸਿੱਧੂ ਮੂਸੇਵਾਲ ਕਤਲ ਮਾਮਲੇ ਦੇ ਵਿੱਚ ਇੱਕ ਹੋਰ ਵੱਡੀ ਖਬਰ ਸਾਹਮਣੇ ਆਈ ਹੈ, ਜਿੱਥੇ ਕਿ ਬੰਬੀਹਾ ਗਰੁੱਪ ਵੱਲੋਂ ਪੋਸਟ ਪਾ ਕੇ ਐਲਾਨ ਕੀਤਾ ਗਿਆ ਕਿ ਸਿੱਧੂ ਮੂਸੇਵਾਲੇ ਦਾ ਉਹਨਾਂ ਦੇ ਗਰੁੱਪ ਦੇ ਨਾਲ, ਉਹਨਾਂ ਦੇ ਗੈਂਗ ਦੇ ਨਾਲ ਕੋਈ ਸੰਬੰਧ ਨਹੀਂ ਸੀ, ਜਿਸ ਦੇ ਦੋਸ਼ ਲੋਰਿਸ਼ ਬਿਸ਼ਨੋਈ ਵੱਲੋਂ ਲਗਾਏ ਜਾ ਰਹੇ ਨੇ। ਪਰ ਉਹ ਫਿਰ ਵੀ ਸਿੱਧੂ ਮੂਸੇਵਾਲੇ ਦਾ ਬਦਲਾ ਲੈਣਗੇ, ਕਿਉਂਕਿ ਉਹਨਾਂ ਦੇ ਗਰੁੱਪ ਦੇ ਨਾਲ ਲਿੰਕ ਕੀਤਾ ਗਿਆ ਸਿੱਧੂ ਮੂਸੇਵਾਲੇ ਨੂੰ। ਇਸ ਪੋਸਟ ਦੇ ਵਿੱਚ ਹੋਰ ਕੀ ਲਿਖਿਆ ਉਹ ਤੁਹਾਨੂੰ ਦੱਸਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੋਪ ਕਿ ਸਭ ਭਰਾ ਠੀਕ ਹੋਣਗੇ। ਮੈਂ ਚਸਕਾ ਜੈਤੋਂ, ਜੋ ਗੋਲਡੀ ਬਰਾੜ ਦੇ ਭਰਾ ਦਾ ਮਰਡਰ ਹੋਇਆ 2020 ਦੇ ਵਿੱਚ, ਉਹ ਮੈਂ ਚਸਕਾ ਜੈਤੋਂ ਅਤੇ ਮਾਨ ਜੈਤੋਂ ਵੱਲੋਂ ਕੀਤਾ ਗਿਆ ਸੀ। ਅਸੀਂ ਅੱਜ ਤੱਕ ਕੋਈ ਨਜਾਇਜ਼ ਕੰਮ ਨਹੀਂ ਕੀਤਾ ਅਤੇ ਨਾ ਕਰਨਾ। ਸਾਡੀ ਆਪਣੀਆਂ ਦੁਸ਼ਮਣੀਆਂ ਆਪਣੇ ਮਸਲੇ ਨੇ। ਅਸੀਂ ਜੋ ਕੁਝ ਕਰਦੇ ਹਾਂ ਸਭ ਅਸੀਂ ਆਪਣੇ ਭਰਾਵਾਂ ਦੇ ਬਦਲਾ ਲਈ ਕਰਦੇ ਹਾਂ, ਜਿਨ੍ਹਾਂ ਨਾਲ ਸਾਡੀ ਕੋਈ ਦੁਸ਼ਮਣੀ ਨਹੀਂ। ਦੱਸ ਹੋਰ ਕਿਸੇ ਨਾਲ ਸਾਡਾ ਕੋਈ ਰੌਲਾ ਨਹੀਂ। ਜਿਵੇਂ ਗੋਲਡੀ ਬਰਾੜ ਨੇ ਸਿੱਧੂ ਮੂਸੇਵਾਲੇ ਨੂੰ ਬਿਨਾਂ ਕਿਸੇ ਗੱਲ ਤੋਂ ਸਾਡੇ ਗਰੁੱਪ ਦੇ ਨਾਲ ਲਿੰਕ ਜੋੜ ਕੇ ਉਸ ਨੂੰ ਮਾਰ ਦਿੱਤਾ ਗਿਆ, ਬਿਲਕੁਲ ਨਜਾਇਜ਼ ਕੀਤਾ, ਚੱਲ ਗਲਤ ਕੀਤਾ, ਠੀਕ ਹੈ। ਫਿਰ ਸਿੱਧੂ ਦੀ ਮੌਤ ਨੂੰ ਸਹੀ ਸਾਬਿਤ ਕਰਨ ਲਈ ਕੌਮ, ਪੰਥ, ਸੰਤਾਂ ਦੇ ਨਾਮ 'ਤੇ ਸ਼ੇਰਾਂ ਲਈ ਗੋਲਡੀ ਨੂੰ ਕਿਹੜਾ ਚਾਹੁੰਦਾ ਹੈ? ਪਹਿਲਾਂ ਤਾਂ ਜਾ ਆਪਣੇ ਭਰਾ ਦਾ ਬਦਲਾ ਲੈਣਾ ਪੰਜਾਬ ਆਏ, ਸਾਡੇ ਤੋਂ ਲਵੇ ਆਪਣੇ ਭਰਾ ਦਾ ਬਦਲਾ। ਜੇ ਸੱਚੀ ਮਰਦ ਹੈ, ਆਪਣੇ ਭਰਾ ਦੇ ਬਦਲੇ ਦੇ ਨਾਮ 'ਤੇ ਬੇਕਸੂਰ ਲੋਕਾਂ ਨੂੰ ਨਾ ਮਾਰ, ਅਸੀਂ ਪੰਜਾਬ ਹੀ ਮਿਲਾਂਗੇ, ਮੁਕਾਬਲਾ ਆਹਮਣੇ ਸਾਹਮਣੇ ਹੋਵੇਗਾ, ਫਿਰ ਤੈਨੂੰ ਦੱਸਾਂਗੇ ਕਿਵੇਂ ਬਦਲਾ ਲਿਆ ਜਾਂਦਾ। ਗੋਲਡੀ ਗੱਲਾਂ ਤੁਸੀਂ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀਆਂ ਕਰਦੇ ਹੋ। ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਜੀ ਨੇ ਕਦੇ ਕੋਈ ਗਲਤ ਕੰਮ ਨਹੀਂ ਕੀਤਾ। ਜੇ ਪੰਜਾਬ ਪੰਜਾਬ ਦੇ ਹੱਕਾਂ ਦੀ ਗੱਲ ਕੀਤੀ, ਪੰਜਾਬ ਵਿੱਚ ਰਹਿ ਕੇ ਕੀਤੀ, ਤੁਹਾਡੇ ਵਾਂਗੂ ਆਊਟ ਆਫ ਇੰਡੀਆ ਲੁੱਕ ਕੇ ਬੈਠ ਕੇ ਨਹੀਂ। ਅਤੇ ਨਾ ਉਹਨਾਂ ਨੇ ਕਦੇ ਕੋਈ ਨਜਾਇਜ਼ ਲੋਕਾਂ ਨੂੰ ਮਰਵਾਇਆ, ਜਿਵੇਂ ਤੁਸੀਂ ਆਪਣੇ ਉਹਨਾਂ ਨੇ ਕਦੇ ਕਿਸੇ ਨਜਾਇਜ਼ ਬੰਦੇ ਨੂੰ ਨਹੀਂ ਮਰਵਾਇਆ, ਜਿਵੇਂ ਤੁਸੀਂ ਆਪਣੇ ਭਰਾਵਾਂ ਦੇ ਬਦਲੇ ਦੇ ਨਾਮ 'ਤੇ ਨਜਾਇਜ਼ ਲੋਕਾਂ ਨੂੰ ਮਾਰ ਦਿੱਤਾ। ਤੁਸੀਂ ਗੱਲਾਂ ਪੰਥ ਸੰਤ ਅਤੇ ਕੌਮ ਦੀਆਂ ਕਰਦੇ ਹੋ, ਲਾਹਨਤ ਹੈ ਤੁਹਾਡੇ 'ਤੇ। ਤੁਹਾਡੇ ਬੰਦਿਆਂ ਦੇ ਮਾਰਨਾ ਮੌਤ ਹੀ ਹੁੰਦੀ ਹੈ। ਮੌਤ ਦਾ ਮਰਨਾ, ਬੰਦੇ ਦਾ ਮਰਨਾ ਮਰਨਾ ਨਹੀਂ ਹੁੰਦਾ, ਜ਼ਮੀਰ ਦਾ ਮਰਨਾ ਮੌਤ ਹੁੰਦੀ ਹੈ, ਇਸ ਗੱਲ ਸੰਤਾਂ ਨੇ ਕਹੀ ਸੀ। ਅਤੇ ਤੁਹਾਡੀ ਸੱਚੀ ਜ਼ਮੀਰ ਮਰ ਗਈ ਹੈ। ਸਿੱਧੂ ਨੂੰ ਮਾਰ ਦਿੱਤਾ, ਹੁਣ ਉਹਦੀ ਫੈਮਿਲੀ ਨੂੰ ਧਮਕੀਆਂ ਅਤੇ ਆ ਗਏ। ਇੱਕ ਗੱਲ ਯਾਦ ਰੱਖਿਓ, ਫੈਮਿਲੀ ਸਭ ਦੀਆਂ ਨੇ ਅਤੇ ਸਭ ਦੀਆਂ ਫੈਮਿਲੀਆਂ ਪੰਜਾਬ ਹੀ ਨੇ। ਬੇਸ਼ੱਕ ਤੁਸੀਂ ਬਾਹਰੋਂ ਸਾਡੇ ਕਿਸੇ ਭਰਾ ਜਾਂ ਸਿੱਧੂ ਦੀ ਫੈਮਿਲੀ ਤੱਕ ਕੁਝ ਗਲਤ ਕਰਨ ਤੋਂ ਪਹਿਲਾਂ 100 ਵਾਰ ਸੋਚ ਲਿਓ, ਅੰਜਾਮ ਤੁਹਾਡੇ ਵੀ ਫਿਰ ਉਹੀ ਹੋਣਗੇ ਜੋ ਤੁਸੀਂ ਕਿਸੇ ਨਾਲ ਕਰੋਗੇ। ਫਿਰ ਅਸੀਂ ਦੱਸਣਾ ਨਹੀਂ, ਸਿੱਧਾ ਕਰਕੇ ਹੀ ਦੱਸਾਂਗੇ। ਅਤੇ ਕੁਝ ਲੋਕ ਕਹਿੰਦੇ ਨੇ, ਜੇ ਸਿੱਧੂ ਦਾ ਸਾਡੇ ਗਰੁੱਪ ਨਾਲ ਕੋਈ ਲੈਣਾ ਦੇਣਾ ਨਹੀਂ ਤਾਂ ਬਦਲਾ ਕਿਉਂ ਲੈਣਾ ਚਾਹੁੰਦੇ ਹੋ ਤੁਸੀਂ? ਤਾਂ ਉਹਨਾਂ ਸਭ ਨੂੰ ਕਹਿਣਾ ਚਾਹੁੰਦੇ ਹਾਂ ਕਿ ਜੇ ਅਸੀਂ ਆਪਣੇ ਭਰਾਵਾਂ ਦੇ ਬਦਲੇ ਲਈ 3 ਮਰਡਰ ਕਰ ਸਕਦੇ ਹਾਂ ਤਾਂ ਸਿੱਧੂ ਨੂੰ ਇਹਨਾਂ ਨੇ ਸਾਡੇ ਗਰੁੱਪ ਨਾਲ ਲਿੰਕ ਦੱਸ ਕੇ ਮਾਰ ਦਿੱਤਾ। ਜੇ ਸਾਡੇ ਨਾਲ ਉਹਨਾਂ ਲਿੰਕ ਬਣਾ ਹੀ ਦਿੱਤਾ, ਫਿਰ ਉਹਦਾ ਬਦਲਾ ਤਾਂ ਲੈਣਾ ਬਣਦਾ ਹੀ ਹੈ। ਸਾਡਾ ਜਦੋਂ ਅਸੀਂ ਆਪਣੇ ਭਰਾਵਾਂ ਦਾ ਬਦਲੇ ਲਈ ਇੰਨਾ ਮਰਡਰ ਕਰ ਸਕਦੇ ਹਾਂ ਤਾਂ ਫਿਰ ਸਿੱਧੂ ਮੂਸੇਵਾਲੇ ਲਈ 2 ਜਾਂ 4 ਮਰਡਰ ਕਰਨਾ ਪਏ ਤਾਂ ਕੋਈ ਪਰਵਾਹ ਨਹੀਂ ਸਾਨੂੰ। ਹਰ ਇੱਕ ਚੰਗੇ ਮਾੜੇ ਕੰਮ ਦਾ ਨਤੀਜਾ ਮੌਤ ਹੈ ਅਤੇ ਸਾਨੂੰ ਮੌਤ ਦੀ ਕੋਈ ਪਰਵਾਹ ਨਹੀਂ। ਜਿਸ ਕਿਸੇ ਦੀ ਸਾਡੇ ਨਾਲ ਕੋਈ ਦੁਸ਼ਮਣੀ ਹੈ ਉਹਦਾ ਦੂਜਾ ਘਰ ਮੌਤ ਹੀ ਹੈ। ਇੱਕ ਗੱਲ ਹੋਰ ਦਿੱਲੀ ਪੁਲਿਸ ਅਤੇ ਪੰਜਾਬ ਪੁਲਿਸ ਨੂੰ ਕਹਿਣਾ ਚਾਹੁੰਦੇ ਹਾਂ, ਰਿੰਦਾ ਸੰਧਾ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ, ਉਹਦਾ ਸਾਡੇ ਗਰੁੱਪ ਨਾਲ ਕੋਈ ਵੀ ਸੰਪਰਕ ਨਹੀਂ। ਅਸੀਂ ਜੋ ਕਰਦੇ ਹਾਂ ਆਪਣੀ ਦੁਸ਼ਮਣੀਆਂ ਲਈ ਕਰਦੇ ਹਾਂ, ਕੋਈ ਨਜਾਇਜ਼ ਕੰਮ ਅਸੀਂ ਨਹੀਂ ਕੀਤਾ ਕਦੇ। ਜਿੰਨਾ ਚਿਰ ਰਿੰਦਾ ਇੱਕ ਗੈਂਗਸਟਰ ਸੀ, ਉਹਨਾਂ ਚਿਰ ਬੇਸ਼ੱਕ ਉਹਦਾ ਸਾਡੇ ਗਰੁੱਪ ਨਾਲ ਕਿਸੇ ਬੰਦੇ ਨਾਲ ਲਿੰਕ ਹੋਵੇਗਾ, ਪਰ ਜਦੋਂ ਉਹ ਦੇਸ਼ ਵਿਰੋਧੀ ਤਾਕਤਾਂ ਦੇ ਸੰਪਰਕ 'ਚ ਆਇਆ, ਸਾਡਾ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਅਤੇ ਨਾ ਹੀ ਕੋਈ ਸੰਪਰਕ ਹੈ। ਚਸਕਾ ਜੈਤੋਂ ਫਰੋਮ ਦਵਿੰਦਰ ਬੰਬੀਹਾ ਗਰੁੱਪ। ਸੋ ਦੋਸਤੋ, ਇਹ ਤਾਂ ਸੀ ਉਹ ਪੋਸਟ ਜੋ ਕਿ ਬੰਬੀਹਾ ਗਰੁੱਪ ਵੱਲੋਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਗਈ ਹੈ, ਜਿਸ ਦੇ ਵਿੱਚ ਉਹਨਾਂ ਨੇ ਸਾਫ਼ ਤੌਰ 'ਤੇ ਕਿਹਾ ਕਿ ਗੋਲਡੀ ਬਰਾੜ ਅਤੇ ਲੋਰਿਸ਼ ਬਿਸ਼ਨੋਈ ਵੱਲੋਂ ਜੋ ਇਹ ਦੋਸ਼ ਲਗਾ ਕੇ ਸਿੱਧੂ ਮੂਸੇਵਾਲੇ ਦਾ ਕਤਲ ਕੀਤਾ ਗਿਆ ਕਿ ਉਹਨਾਂ ਦਾ ਬੰਬੀਹਾ ਗਰੁੱਪ ਦੇ ਨਾਲ ਸੰਪਰਕ ਸੀ, ਅਜਿਹਾ ਕੁਝ ਵੀ ਨਹੀਂ ਹੈ।
ਉਹਨਾਂ ਦਾ ਕਹਿਣਾ ਹੈ ਕਿ ਸਿੱਧੂ ਮੂਸੇਵਾਲਾ ਸਾਡੇ ਗਰੁੱਪ ਦੇ ਨਾਲ ਕੁਝ ਵੀ ਲੈਣਾ ਦੇਣਾ ਨਹੀਂ ਸੀ, ਪਰ ਹੁਣ ਜਦੋਂ ਲੌਰਿਸ ਬਿਸ਼ਨੋਈ ਗਰੁੱਪ ਨੇ ਸਿੱਧੂ ਮੂਸੇਵਾਲੇ ਦਾ ਲਿੰਕ ਸਾਡੇ ਗਰੁੱਪ ਦੇ ਨਾਲ ਜੋੜ ਹੀ ਦਿੱਤਾ ਤਾਂ ਉਹ ਸਿੱਧੂ ਮੂਸੇਵਾਲੇ ਦਾ ਬਦਲਾ ਜ਼ਰੂਰ ਲੈਣਗੇ, ਕਿਉਂਕਿ ਜੇ ਉਹ ਆਪਣੇ ਦੁਸ਼ਮਣੀਆਂ ਦੇ ਲਈ ਆਪਣੇ ਭਰਾਵਾਂ ਦੇ ਲਈ ਬਦਲਾ ਲੈ ਸਕਦੇ ਨੇ, ਤਾਂ ਜੇ ਸਿੱਧੂ ਮੂਸੇਵਾਲੇ ਦੇ ਲਈ ਜਾਂ ਫਿਰ ਉਹਨਾਂ ਦੇ ਪਰਿਵਾਰ ਨੂੰ ਮਿਲ ਰਹੀਆਂ ਧਮਕੀਆਂ ਦੇ ਲਈ ਉਹਨਾਂ ਨੂੰ ਦੋ ਚਾਰ ਮਰਡਰ ਕਰਨੇ ਵੀ ਪਏ ਤਾਂ ਉਹਨਾਂ ਨੂੰ ਇਸ ਦੇ ਪਿੱਛੇ ਕੋਈ ਦੁੱਖ ਨਹੀਂ ਹੈ, ਕੋਈ ਪਛਤਾਵਾ ਨਹੀਂ ਹੈ। ਦੋਸਤੋ, ਤੁਸੀਂ ਕਿਵੇਂ ਦੇਖਦੇ ਹੋ ਦਵਿੰਦਰ ਬੰਬੀਹਾ ਗਰੁੱਪ ਵੱਲੋਂ ਕੀਤੇ ਗਏ ਇਸ ਚੈਲੇਂਜ ਨੂੰ? ਕਮੈਂਟ ਕਰਕੇ ਜ਼ਰੂਰ ਦੱਸਣਾ। ਦੱਸ ਦਈਏ ਕਿ ਲੌਰਿਸ ਬਿਸ਼ਨੋਈ, ਜੱਗੂ ਭਗਵਾਨਪੁਰੀਆ ਨੇ ਲਗਾਤਾਰ ਪੁਲਿਸ ਸਾਹਮਣੇ ਖੁਲਾਸੇ ਕੀਤੇ ਨੇ ਕਿ ਉਹਨਾਂ ਨੂੰ ਸਿੱਧੂ ਮੂਸੇਵਾਲੇ 'ਤੇ ਇਸ ਗੱਲ ਦਾ ਸ਼ੱਕ ਸੀ ਕਿ ਉਹਨਾਂ ਦਾ ਦਵਿੰਦਰ ਬੰਬੀਹਾ ਗਰੁੱਪ ਦੇ ਨਾਲ ਸੰਪਰਕ ਹੈ, ਕਿਉਂਕਿ ਜਦੋਂ ਬੰਬੀਹਾ ਬੋਲੇ ਗੀਤ ਆਇਆ ਸਿੱਧੂ ਮੂਸੇਵਾਲੇ 'ਤੇ ਅੰਮ੍ਰਿਤ ਮਾਨ ਦਾ, ਤਾਂ ਉਹਨਾਂ ਨੂੰ ਇਸ ਗੀਤ ਨੂੰ ਸੁਣ ਕੇ ਬਹੁਤ ਜ਼ਿਆਦਾ ਚਿੜ ਆਉਂਦੀ ਸੀ। ਉਹਨਾਂ ਨੂੰ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਸਿੱਧੂ ਮੂਸੇਵਾਲਾ ਬੰਬੀਹਾ ਗਰੁੱਪ ਦੀ ਸਪੋਰਟ ਕਰ ਰਿਹਾ ਹੋਵੇ ਅਤੇ ਉਹਨਾਂ ਨੂੰ ਚਿੜਾ ਰਿਹਾ ਹੋਵੇ। ਤੁਹਾਡਾ ਇਸ ਬਾਰੇ ਕੀ ਸੋਚਣਾ ਹੈ ਦੋਸਤੋ, ਕਮੈਂਟ ਕਰਕੇ ਜ਼ਰੂਰ ਦੱਸਣਾ। ਅਤੇ ਇਸ ਦੇ ਨਾਲ ਹੀ ਅੱਜ ਦੇ ਇਸ ਖਾਸ ਅਪਡੇਟ ਵਿੱਚ ਫਿਲਹਾਲ ਇੰਨਾ ਹੀ। ਮਿਲਾਂਗੇ ਜਲਦ ਹੋਰ ਤਾਜ਼ਾ ਅਪਡੇਟ ਦੇ ਨਾਲ। ਉਨੇ ਸਮੇਂ ਤੱਕ ਲਈ ਤੁਸੀਂ ਬਣੇ ਰਹਿਣਾ ਲਿਮਿਟਡ ਗਿਆਨ ਦੇ ਨਾਲ। ਧੰਨਵਾਦ। ਮੈਂ ਕਹਿੰਦਾ ਵੀ ਮੇਰੀ ਵੀ ਉਮਰ ਲੱਗ ਜੇ ਭਰਾ ਤੁਹਾਨੂੰ, ਹੈ ਨਾ, ਮਰਨਾ ਤਾਂ ਇੱਕ ਦਿਨ 'ਚ ਸਾਰਿਆਂ ਨਹੀਂ ਹੈ, ਪਰ ਜੋ ਮੈਂ ਕਹਿੰਦਾ ਵੀ ਮੈਂ ਕਿਸਮਤ ਵਾਲਾ, ਪੈਸੇ ਪੂਰੇ ਸਾਰੇ ਕਮਾ ਲੈਂਦੇ ਨੇ, ਠੀਕ ਹੈ ਨਾ, ਉਹ ਥਾਂ ਥਾਂ ਹੁੰਦੀਆਂ ਗੱਲਾਂ ਉਹਦੀ ਕਲਮ ਦੀ ਧਾਰ ਦੀਆਂ, ਸਾਨੂੰ ਹਰ ਦਮ ਆਉਂਦੀਆਂ ਯਾਦਾਂ ਮੂਸੇ ਵਾਲੇ ਯਾਰ ਦੀਆਂ, ਸਾਨੂੰ ਹਰ ਦਮ ਆਉਂਦੀਆਂ ਯਾਦਾਂ ਮੂਸੇ ਵਾਲੇ ਯਾਰ ਦੀਆਂ। ਮਿੱਤਰੋ, ਲਾਈਫ ਇਜ਼ ਆਲ ਅਬਾਊਟ ਹੈਪੀਨੈਸ ਐਂਡ ਪੋਜ਼ਿਟਿਵਿਟੀ। ਅੱਜ ਅਸੀਂ ਹੱਸੀ ਜਾਂਦੇ ਹਾਂ ਸਾਰੇ, ਠੀਕ ਹੈ, ਚਲੋ ਸਾਰੇ ਅਸੀਂ ਇਹੀ ਚਾਹੁੰਦੇ ਹੁੰਦੇ ਆਲਵੇਜ਼ ਵੀ ਸਾਰੇ ਜਣੇ ਪੋਜ਼ਿਟਿਵ ਰਹਿਣ, ਸਾਰੇ ਚੰਗੀਆਂ ਗੱਲਾਂ ਕਰਨ, ਖੁਸ਼ ਰਹਿਣ, ਹੱਸਣ। ਪਰ ਸਮਟਾਈਮਸ ਕਈ ਬੰਦੇ ਇਹੋ ਜਿਹੇ ਹੁੰਦੇ ਆ ਜਿਹੜੇ ਪੋਸਟਾਂ ਪਾਸਟਾਂ, ਸੋਸ਼ਲ ਮੀਡੀਆ ਇਜ਼ ਆਲ ਅਬਾਊਟ ਨੈਗੇਟਿਵਿਟੀ, ਸਾਰੀਆਂ ਚੀਜ਼ਾਂ, ਉਹਨੇ ਐਂ ਕਿਉਂ ਕਰਤਾ, ਉਹਨੇ ਐਂ ਕਿਉਂ ਕਰਤਾ, ਸਾਥੋਂ ਕਿਉਂ ਨਹੀਂ ਪੁੱਛਿਆ, ਪਤਾ ਨਹੀਂ, ਹੈ ਨਾ। ਸੋ ਧਿਆਨ ਨਾ ਦਿਆ ਕਰੋ ਬਾਈ ਇਹਨਾਂ ਚੀਜ਼ਾਂ ਬਾਰੇ। ਕਈ ਵਾਰੀ ਸੋਸ਼ਲ ਮੀਡੀਆ 'ਤੇ ਇਹੋ ਜਿਹੀ ਇਮੇਜ ਦੇ ਦਿੰਦੇ ਆ ਬੰਦੇ ਦੀ, ਅਤੇ ਜਦੋਂ ਤੁਸੀਂ ਕਿਸੇ ਨੂੰ ਜਾ ਕੇ ਮਿਲਦੇ ਹੋ ਤੁਹਾਨੂੰ ਇਹ ਲੱਗਦਾ ਵੀ ਯਾਰ ਨਹੀਂ ਮੈਂ ਤਾਂ ਇਹੋ ਜਿਹੇ ਕੋਈ ਬੰਦੇ ਨਹੀਂ ਖੇਡਾ। ਬਾਈ ਤੈਨੂੰ ਚੱਕਣ ਨੂੰ ਫਿਰਦੇ ਆ, ਮੈਨੂੰ ਜਾਣ ਜਿੱਦਣ ਦਾ ਮੈਂ ਆਇਆ ਉੱਦਣ ਦੀ ਚੱਕਣ ਨੂੰ ਫਿਰਦੇ ਆ, ਕੋਈ ਦਿੱਕਤ ਨਹੀਂ। ਜਿੰਨੀ ਦਿੱਤੀ ਰੱਬ ਨੇ ਆ ਕੱਢੂ ਟੋਰ ਨਾਲ ਗੱਲੀ ਬਾਤੀ, ਉੱਥੇ ਕੋਈ ਦਿੱਕਤ ਨਹੀਂ, ਡਾਲ ਨਹੀਂ, ਖੁੱਲ੍ਹਾ ਔਫਰ ਆ ਸਾਰਿਆਂ ਨੂੰ, ਕੋਈ ਇਸ਼ੂ ਨਹੀਂ। ਉਹ ਗਾਣਾ ਨਹੀਂ ਸੀਗਾ ਕਹਿੰਦਾ, ਫੌਜੀ ਨੂੰ ਸਿੱਟਣ ਲਈ ਹੋਣ ਬੀਬਾ ਸਾਜਿਸ਼ਾਂ, ਉਹ ਆਵ ਨਹੀਂ ਉਹ ਹੁੰਦਾ ਸੋਹਣੀਏ, ਨਾਮ ਇੰਨਾ ਕੁ ਕਮਾਇਆ ਤੇਰੇ ਜੱਟ ਨੇ, ਹੁਣ ਬਦਨਾਮ ਨਹੀਂ ਉਹ ਹੁੰਦਾ ਸੋਹਣੀਏ, ਉਰੇ ਦੀ ਦੁਨੀਆ ਤੇ ਨਾਮ ਵੱਜੂ ਜੱਟ ਦਾ, ਕੰਮ ਐਸੇ ਕੁਛ ਕਰੇ ਹੋਇਆ ਨੀ ਜਿਹੜੇ ਸਾਡੇ ਬਾਰੇ ਫਿਰਦੇ ਆ ਭੌਂਕਦੇ, ਆਓ ਸਾਡੀ ਚੁੱਪ ਕੋਲੋਂ ਡਰੇ ਹੋਏ ਆ। ਇੱਥੇ ਗੱਲ ਮੁੱਕਦੀ ਆ ਸੋਚੀ।